ਸਤਿ ਸ਼੍ਰੀ ਅਕਾਲ ਤੁਸੀਂ ਫੈਕਟ ਨਿਊਜ਼ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਿਤਿਨ ਲੂਥਰਾ। ਜਦੋਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ਼ਿਪ ਤੋਂ ਅਸਤੀਫਾ ਦਿੱਤਾ ਹੈ ਤਾਂ ਹੁਣ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਦੀ ਪ੍ਰਤੀਕਿਰਿਆ ਵੀ ਦੇਖਣ ਨੂੰ ਮਿਲ ਰਹੀ ਆ। ਪਹਿਲਾਂ ਗੱਲ ਕਰਦੇ ਹਾਂ ਬਟਾਲਾ ਤੋਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਿਹੜੇ ਕਿ ਕੁਝ ਦਿਨ ਪਹਿਲਾਂ ਹੀ ਧੜੇਬੰਦੀ ਦਾ ਸ਼ਿਕਾਰ ਹੋਏ ਸਨ ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਲਾਹ ਦਿੱਤੀ ਸੀ। ਸਲਾਹ ਦਿੱਤੀ ਸੀ ਸ਼ਾਇਰਾਨਾ ਅੰਦਾਜ਼ ਦੇ ਵਿੱਚ। ਉਹ ਕੀ ਸਲਾਹ ਸੀ ਉਹ ਵੀ ਤੁਹਾਨੂੰ ਦੁਬਾਰਾ ਸੁਣਾਵਾਂਗੇ ਕਿਉਂਕਿ ਫੈਕਟ ਨਿਊਜ਼ ਨੇ ਸਭ ਤੋਂ ਪਹਿਲਾਂ ਕਸਤੂਰੀ ਲਾਲ ਸੇਠ ਜਿਹੜੇ ਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਨੇ ਧੜੇਬੰਦੀ ਦਾ ਸ਼ਿਕਾਰ ਹੋਏ ਸਨ ਤਾਂ ਸਭ ਤੋਂ ਪਹਿਲਾਂ ਫੈਕਟ ਨਿਊਜ਼ ਨੇ ਇਹਨਾਂ ਦੀ ਸਲਾਹ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੇ ਚੈਨਲ ਦੇ ਜ਼ਰੀਏ ਸੁਣਾਈ ਸੀ। ਉਹ ਸਲਾਹ ਵੀ ਪੁੱਛਾਂਗੇ ਕਿ ਕੀ ਉਹ ਸਲਾਹ ਅੱਜ ਸੱਚ ਹੋ ਗਈ ਕਿ ਜਾਂ ਫਿਰ ਵਰਕਰ ਦੀ ਜਿੱਤ ਹੋਈ ਕਿ ਜਾਂ ਹਾਈਕਮਾਂਡ ਦੀ ਜਿੱਤ ਹੋਈ। ਸੇਠ ਸਾਹਿਬ ਇੱਕ ਸਲਾਹ ਦਿੱਤੀ ਸੀ ਤੁਸੀਂ ਸਾਡੇ ਚੈਨਲ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਨੂੰ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਉਹ ਸਲਾਹ ਦੱਸੋ ਅਤੇ ਫਿਰ ਇਹ ਦੱਸੋ ਵੀ ਅੱਜ ਬਣਿਆ ਕੀ। ਮੈਂ ਤਾਂ ਸਲਾਹ ਇਹ ਦਿੱਤੀ ਸੀਗੀ ਜਦੋਂ ਮੈਂ ਪਰੂਮਟਰ ਦਾ ਚੇਅਰਮੈਨ ਸੀਗਾ ਮੈਨੂੰ ਲਾ ਕੇ ਪਵਨ ਕੁਮਾਰ ਪੰਮਾ ਜੀ ਨੂੰ ਬਣਾਇਆ। ਇਹ ਜਿਹੜਾ ਪ੍ਰਤਾਪ ਬਾਜਵਾ ਜੀ ਨੇ ਬਟਾਲੇ ਦੇ ਵਿੱਚ ਛੋਰਾ ਪਾਇਆ ਸੀਗਾ ਉੱਧਰੋਂ ਮਾਰਕੀਟ ਕਮੇਟੀ ਦਾ ਚੇਅਰਮੈਨ ਹਟਾ ਦਿੱਤਾ। ਮੈਂ ਕੈਪਟਨ ਸਾਹਿਬ ਨੂੰ ਜਦੋਂ ਇਹ ਗੱਲ ਤੁਰੀ ਸੀਗੀ ਉਦੋਂ ਕਿਹਾ ਸੀ ਕੈਪਟਨ ਸਾਹਿਬ ਵਰਕਰ ਜਿਹੜਾ ਰੀਟ ਦੀ ਹੱਡੀ ਹੁੰਦਾ ਵਾ ਇਹਦੀ ਸੁਣਨੀ ਚਾਹੀਦੀ ਹੈ, ਵਰਕਰ ਨੂੰ ਪਤਾ ਹੁੰਦਾ ਵਾ, ਤੁਸੀਂ ਵਰਕਰ 55 ਸਾਲ ਦੇ ਨੂੰ ਪਛਾਣ ਨਹੀਂ ਸਕੇ। ਮੈਂ ਕਿਹਾ ਸੀ ਉਦੋਂ ਵੀ ਤੁਹਾਨੂੰ ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ ਕੈਪਟਨ ਸਾਹਿਬ, ਨਾ ਤੁਮ ਬਚੋਗੇ ਨਾ ਸਾਥੀ ਤੁਮਾਰੇ। ਅੱਜ ਫਿਰ ਤੁਹਾਡੀ ਗੱਲ ਸੱਚੀ ਹੋ ਗਈ ਹੈ, ਅੱਜ ਉਹ ਗੱਲ ਜਿਹੜੀ ਆ ਸੱਚਾਈ ਹੋ ਗਈ ਆ। ਤੁਸੀਂ ਰਾਜੇ ਦੇ ਰਾਜੇ ਰਹੇ ਹੋ, ਤੁਹਾਨੂੰ ਛੋਟੇ ਬੰਦਿਆਂ ਦਾ ਕੋਈ ਪਤਾ ਨਹੀਂ ਮੇਰਾ ਵਰਕਰ ਕਿਹੜਾ ਵਾ। ਇਸ ਕਰਕੇ ਅੱਜ ਦੀ ਸੱਚਾਈ ਜਿਹੜੀ ਆ ਇਹ ਤੁਹਾਨੂੰ ਸਾਹਮਣੇ ਨਜ਼ਰ ਆ ਗਈ ਆ। ਬਾਕੀ ਹੁਣ ਸਾਡਾ CM ਸਾਹਿਬ ਜਿਹੜੇ ਨਵੇਂ ਆਉਂਦੇ ਆ ਜੋ ਹਾਈਕਮਾਂਡ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਆ, ਅਸੀਂ ਸਾਡੇ 'ਤੇ ਤੁਸੀਂ ਹੱਥ ਰੱਖੋਗੇ ਜਿਹੜੇ ਵੀ ਅਸੀਂ ਉਹਨਾਂ ਦੇ ਨਾਲ ਚੱਲਾਂਗੇ। ਕੀ ਲੱਗਦਾ ਕੀ ਐਸੇ ਕਾਰਨ ਬਣੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਗਵਰਨਰ ਨੂੰ ਜਾ ਕੇ ਅਸਤੀਫਾ ਦੇਣਾ ਪਿਆ ਔਰ ਇਹ ਗੱਲ ਕਹੀ ਕਿ ਮੈਂ ਹਾਈਕਮਾਂਡ ਨੂੰ ਸਵੇਰ ਦਾ ਦੱਸ ਕੇ ਅਤੇ ਆਪ ਅਸਤੀਫਾ ਦਿੱਤਾ ਵੀ ਤੀਜੀ ਵਾਰ ਜਿਹੜਾ ਵਾ MLAs ਨੂੰ ਬੁਲਾ ਕੇ ਮੀਟਿੰਗ ਕੀਤੀ ਜਾ ਰਹੀ ਹਾਈਕਮਾਂਡ ਵੱਲੋਂ ਅਤੇ ਮੈਂ ਜ਼ਲਾਲਤ ਮਹਿਸੂਸ ਕਰ ਰਿਹਾ ਇਸ ਲਈ ਮੈਂ ਅਸਤੀਫਾ ਦਿੱਤਾ। ਇਹ ਵੇਖੋ ਜੀ ਇਹ ਜਿਹੜਾ ਰਾਜੇ ਦਾ ਰਾਜਾ ਰਿਹਾ ਇਹਨੂੰ ਵਰਕੇ ਤਾਂ ਕੋਈ ਪਤਾ ਨਹੀਂ, ਇਹਨੇ ਨਾ ਤਾਂ ਕੋਈ ਵਾਅਦੇ ਪੂਰੇ ਕੀਤੇ ਆ, ਰੋਜ਼ ਟੈਲੀਵਿਜ਼ਨ 'ਤੇ ਬੋਲ ਹੀ ਜਾਂਦੇ ਆ ਜੀ ਮੈਂ ਆਹ ਕੀਤਾ ਆਹ ਕੀਤਾ, ਮੈਂ ਲੋਕਾਂ ਨੂੰ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ, ਟੈਲੀਵਿਜ਼ਨ ਰੋਜ਼ ਹੀ ਕਹਿੰਦਾ ਇਹਨੇ ਕੋਈ ਘਰ ਨਹੀਂ ਬਣਾ ਕੇ ਦਿੱਤਾ, 1200 ਕਿੰਨੇ ਪਿੰਡ ਹੈਗੇ ਆ ਪੰਜਾਬ ਦੇ ਵਿੱਚ ਦੱਸੇ ਕਿੱਥੇ ਦਿੱਤਾ ਵਾ ਘਰ ਬਣਾ ਕੇ ਕਿਸੇ ਨੂੰ ਗਰੀਬ ਆਦਮੀ ਨੂੰ 5 ਮਰਲੇ ਦਾ, ਇਹਨੇ ਕੋਈ ਨਹੀਂ ਦਿੱਤਾ। ਕਿਤੇ ਜਿਹੜੀ ਕਸਮਾਂ ਖਾਧੀਆਂ ਸੀ ਉਹ ਸੱਚ ਨਹੀਂ ਹੋਈਆਂ, ਕਿਤੇ ਉਹਦਾ ਖਮਿਆਜ਼ਾ ਤਾਂ ਨਹੀਂ ਭੁਗਤਣਾ ਪੈ ਗਿਆ। ਜਿਹੜੀ ਕਸਮ ਖਾ ਕੇ ਆਏ ਸੀ ਮੈਂ ਕੇਸ ਦਰਜ ਕਰਾਂਗਾ, ਮੈਂ ਆਹ ਕੰਮ ਕਰਾਂਗਾ ਆਹ ਕਰਾਂਗਾ, ਇਹਨਾਂ ਨੇ ਉਹਦੇ 'ਚੋਂ ਕੋਈ ਕੰਮ ਨਹੀਂ। ਇਹ ਬਾਬਾ ਜੀ ਦੀ ਮਿਹਰ ਹੋਈ ਆ, ਬਾਬੇ ਹੋਵਾਂ ਨੇ ਵੀ ਇਹਦੇ ਉੱਤੇ ਜਿਹੜਾ ਕਿ ਨੀਗਾ ਛੋਰਾ ਜਿਹੜਾ ਪਾਇਆ ਦਾ ਸੀਗਾ ਇਹਦਾ ਖਤਮ ਕਰ ਦਿੱਤਾ ਵਾ, ਜਿਹੜਾ ਇਹਨਾਂ ਨੇ ਸਹੁੰ ਝੂਠੀ ਖਾਧੀ ਉਹ ਇਹਨਾਂ ਦਾ ਰਿਜ਼ਲਟ ਸਾਹਮਣੇ ਆ ਗਿਆ ਵਾ। ਇੱਥੇ ਸਾਡੇ ਨਾਲ ਗਵਰਨੈਂਸ ਕਮੇਟੀ ਦੇ ਮੈਂਬਰ ਗੌਤਮ ਸੇਠ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਕਿੱਦਾਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਦਾ ਜਿਹੜੀ ਧੜੇਬੰਦੀ, ਇੱਕ ਬਟਾਲਾ ਵੀ ਬੜਾ ਲਾਈਮਲਾਈਟ 'ਚ ਰਿਹਾ ਵਾ, ਇੱਕ ਪਾਸੇ ਜਦੋਂ ਚੇਅਰਮੈਨ ਬਣਾਇਆ ਕਸਤੂਰੀ ਲਾਲ ਸੇਠ ਜੀ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਪ੍ਰਤਾਪ ਬਾਜਵਾ ਕੋਲ ਪਾਵਰ ਆਈ ਤਾਂ ਉਸੇ ਦਿਨ ਹੀ ਜਬਰੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਤਾਂ ਸੇਠ ਸਾਹਿਬ ਨੇ ਸਲਾਹ ਵੀ ਦਿੱਤੀ ਸੀ, ਉਹ ਸਲਾਹ ਲੱਗਦਾ ਕਿ ਸਹੀ ਹੋ ਗਈ? ਦੇਖੋ ਪਹਿਲੇ ਤਾਂ ਮੈਂ ਧੰਨਵਾਦੀ ਹਾਂ ਫੈਕਟਸ ਨਿਊਜ਼ ਦਾ, ਦੂਜੀ ਗੱਲ ਇਹ ਕਿ ਜੋ ਇੱਕ ਵਰਕਰ ਨੇ ਗੱਲ ਆਪਣੇ ਮੂੰਹੋਂ ਸ਼ਾਇਰਾਨਾ ਅੰਦਾਜ਼ ਵਿੱਚ ਕਹੀ ਸੀ ਅੱਜ ਉਹ ਸੱਚੀ ਹੋ ਗਈ ਹੈ। ਡੁੱਬੇਗੀ ਕਿਸ਼ਤੀ ਤੋਂ ਡੁੱਬੇਂਗੇ ਸਾਰੇ, ਨਾ ਤੁਮ ਰਹੋਗੇ ਕੈਪਟਨ ਨਾ ਸਾਥੀ ਤੁਮਾਰੇ। ਵੇਖੋ ਜੇ ਉਹਨਾਂ ਨੇ ਕੋਈ ਝੂਠੇ ਵਾਅਦੇ ਲੋਕਾਂ ਨਾਲ ਕੀਤੇ, ਸਾਡੇ ਤ੍ਰਿਪਤ ਬਾਜਵਾ ਜੀ ਸੁਖਜਿੰਦਰ ਰੰਧਾਵਾ ਜੀ ਦਾ ਸਾਰਾ ਧੜਾ ਜਿਹੜਾ ਉਸੇ ਕੰਮ ਕਰਕੇ ਉਹਨਾਂ ਨੂੰ ਕਰਦਾ ਰਿਹਾ, ਨੌਕ ਕਰਦਾ ਰਿਹਾ ਕਿ ਆਪਾਂ ਲੋਕਾਂ ਨਾਲ ਜਵਾਬਦੇਹੀ ਹਾਂ, ਆਪਾਂ ਲੋਕਾਂ ਨਾਲ ਜਵਾਬਦੇਹੀ ਹਾਂ, ਲੋਕਾਂ ਦੇ ਕੰਮ ਕਰ ਦਈਏ ਜਿਹੜੇ ਪੈਂਡਿੰਗ ਹੈ, ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰ ਦਈਏ। ਕੈਪਟਨ ਸਾਹਿਬ ਉਹਦੇ 'ਚ ਫੇਲ ਹੋਏ ਆ ਅਤੇ ਅੱਜ ਉਹਨਾਂ ਨੂੰ ਉਹਦਾ ਰਿਜ਼ਲਟ ਮਿਲ ਗਿਆ। ਰਿਜ਼ਲਟ ਮਿਲ ਗਿਆ, 4.5 ਸਾਲ ਲੱਗ ਗਏ ਇਸ ਗੱਲ ਨੂੰ ਜੀ। ਅਗਰ ਸਮਝਦੇ ਹੋ ਕਿ ਜਿਸ ਤਰੀਕੇ ਨਾਲ ਹਾਈਕਮਾਂਡ ਨੇ ਤੀਜੀ ਵਾਰ ਇਹ ਮੀਟਿੰਗ ਵਿਧਾਇਕਾਂ ਦੀ ਬੁਲਾ ਲਈ,
और कैप्टन अमरिंदर सिंह ने गवर्नर हाउस के बाहर खड़े होकर प्रैस कॉन्फ्रेंस भी यह गल कही कि उन्होंने जलालत महसूस हुई है कि तीजी बार विधायक दल की मीटिंग सदी गई है इसलिए इस्तीफा दिता। इनू कि ठीक समझते वेखो जिहड़ी उन्होंने जलालत महसूस हुई है तो उन्होंने ये पहले छड़ देना चाहिए सी। इन्ना टाइम क्यों उन्होंने पाया जे अज इस्तीफा दिता अज तो साल पहले दे दंदे बाकियों भी काम करन दा मौका मिलता। सारे MLA दुखी है अड़े दे है बस जेडे हुण वह भी हाईकमांड के हुक्मां दे नाल सारा इको धड़े दे विच आके खलो गए है तो हुण पार्टी नवा CM बनाउण जा रही है CM ते डिप्टी CM बनाउणगे शायद जो भी चल रहा है तो अं उन्होंने सिर मत्थे रखने हैं तो उन्होंने स्वागत करते हैं। CM का कहना सी जिहड़े अज हुण साबका CM हो गए ने कैप्टन अमरिंदर सिंह पत्रकार वार्ता उन्होंने कहा कि जिहड़ा भी काबल लगता हुण उन्होंने CM बना लैण पर मैं उन्होंने फिलहाल नहीं मन्नांगा पहला मैं अपने साथियों नाल सलाह करांगा फिर अगली रणनीति उलीकी जाएगी कि अगली रणनीति उन्होंने की होएगी। उन्होंने कहा कि मेरे को बड़े ऑप्शनस ने और सारिया ऑप्शन खुलिया ने। देखो गल है कि जिधर बहुमत होना है जिधर MLA ज़्यादा होने हैं वो हाईकमांड ने दसता है कि आप हाईकमांड हाईकमांड ने अपने MLA सामने लिया के वो उन्हों को इस्तीफा दवा लिया हूँ जो कोई जो मर्जी कर ले कुछ नहीं हो सकता। कैप्टन अमरिंदर सिंह हुण फेल हो गए ने ते साड़े जिहड़ा तृप्त बाजवा जी सुखजिंदर रंधावा जी का धड़ा वो चढ़दी कला च रहेगा ते पंजाब दी सेवा करेगा। इहने कस्तूरी लाल सेठ ते गौतम सेठ जिन्हां ने कुछ दिन पहला भी कैप्टन अमरिंदर सिंह नूं शायराना अंदाज दे विच सलाह दी सी कि कैप्टन साहब डूबेगी कश्ती तो डूबेंगे सारे कैप्टन साहब ना तुम बचोगे ना साथी तुम्हारे अज उहो ही गल होई है ना कैप्टन साहब बचे ते ना उहनां दे साथी बचे। कैमरामैन निशांत नाल फैक्ट न्यूज़ लई नितिन लुथरा गुरदासपुर।